ਇਸ ਵਕਤ ਖੜ੍ਹੇ ਹਾਂ ਜੀ ਆਪਾਂ ਸਿੰਥਨ ਟੋਪ 'ਤੇ। ਸਿੰਥਨ ਟੋਪ ਜਿਹੜਾ ਹੈਗਾ ਕਾਫ਼ੀ ਉਚਾਈ ਦੇ ਉੱਤੇ ਹੈਗਾ। ਇੱਥੇ ਤੁਹਾਨੂੰ ਅਕਸਰ ਗਰਮੀਆਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਵੀ ਅਤੇ ਬਰਫ਼ ਜਿਹੜੀ ਹੈ ਦੇਖਣ ਨੂੰ ਮਿਲੂਗੀ। ਬਹੁਤ ਹੀ ਖੂਬਸੂਰਤ ਨਜ਼ਾਰਾ ਹੈ। ਅਤੇ ਜੇ ਮੈਂ ਰੋਡ ਦੱਸਾਂ ਸਿੰਥਨ ਟੋਪ ਦੀ, ਰੋਡ ਵੀ ਬਹੁਤ ਸ਼ਾਨਦਾਰ ਹੈ, ਕੋਈ ਗੱਲ ਨਹੀਂ, ਗੱਡੀ ਗੱਡੀ ਤੁਸੀਂ ਆ ਕੇ ਵੀ ਲੈ ਕੇ ਆ ਸਕਦੇ ਹੋ। ਅਤੇ ਅਗਰ ਤੁਸੀਂ ਇਸ ਸਾਈਡ ਆ ਰਹੇ ਹੋ ਤਾਂ ਤੁਸੀਂ ਸਿੰਥਨ ਟੋਪ ਜ਼ਰੂਰ ਹੋ ਕੇ ਜਾਇਓ। ਤਿੰਨ ਕੁ ਘੰਟਿਆਂ ਦੀ ਡਰਾਈਵ 'ਤੇ ਹੈ, 125 ਕਿਲੋਮੀਟਰ ਪੈਂਦਾ, ਬਟ ਰੋਡ ਕਾਫ਼ੀ ਅੱਛੀ ਹੈ ਅਤੇ ਕੋਈ ਖਤਰੇ ਵਾਲੀ ਗੱਲ ਨਹੀਂ। ਬਸ ਜੇ ਮੈਂ ਗੱਲ ਕਰਾਂ ਕੰਪੈਰੀਜ਼ਨ ਦਾ ਸਿੰਥਨ ਟੋਪ ਦਾ ਰੋਹਤਾਂਗ ਪਾਸ ਦਾ, ਤਾਂ ਬਰਫ਼ ਦੇ ਮੁਤਾਬਕ ਜਿਹੜਾ ਹੈਗਾ ਰੋਹਤਾਂਗ ਪਾਸ ਥੋੜ੍ਹੀ ਬਰਫ਼ ਜ਼ਿਆਦਾ ਹੁੰਦੀ ਹੈ, ਬਟ ਇੱਥੋਂ ਦੀਆਂ ਜਿਹੜੀਆਂ ਘਾਟੀਆਂ ਉਹ ਬਹੁਤ ਖੂਬਸੂਰਤ ਨੇ, ਦੇਖਣ ਵਾਲਾ ਹੈਗਾ। ਅਤੇ ਬਾਕੀ ਅਕਸਰ ਹੀ ਆਪਾਂ ਹਿਮਾਚਲ ਤਾਂ ਜਾਂਦੇ ਰਹਿੰਦੇ ਹਾਂ, ਪਰ ਇਹਨਾਂ ਲੋਕਾਂ ਨੂੰ ਵੀ ਜਿਹੜਾ ਮੌਕਾ ਦੇਣਾ ਚਾਹੀਦਾ। ਲੋਕ ਬਹੁਤ ਪਿਆਰ ਕਰਦੇ ਆ, ਬੜਾ ਹੀ ਚੰਗੀ ਤਰੀਕੇ ਨਾਲ ਡੀਲ ਕਰਦੇ ਆ ਸਾਰੇ ਲੋਕ। ਬਹੁਤ ਵਧੀਆ ਨਜ਼ਾਰਾ, ਖੂਬਸੂਰਤ ਨਜ਼ਾਰਾ। ਇੱਧਰ ਵੀ ਦੇਖੋ ਸੜਕਾਂ ਤੁਹਾਨੂੰ ਦਿਖਾਈਏ, ਰੋਡਸ ਕੁਛ ਇਸ ਤਰ੍ਹਾਂ ਦੇ ਦਿਖਦੇ ਆ ਇੱਥੋਂ ਦੇ। ਅਤੇ ਉੱਚੇ ਉੱਚੇ ਪਹਾੜ, ਬਹੁਤ ਹੀ ਨਜ਼ਾਰੇ ਵਾਲੀ ਜਗ੍ਹਾ। ਇੱਥੇ ਟੈਂਪਰੇਚਰ ਮਾਈਨਸ ਦੇ ਵਿੱਚ ਵੀ ਚੱਲ ਜਾਂਦਾ, ਅਤੇ ਦਿਨ ਵੇਲੇ ਜਿਹੜਾ ਕਹਿੰਦੇ ਆ ਕਈ ਵਾਰੀ ਇੱਥੇ ਸੁਬਹਾ ਦੇ ਟਾਈਮ ਸਨੋਫੋਲ ਵੀ ਹੋ ਜਾਂਦੀ ਹੈ, ਜਿਵੇਂ ਕਿ ਕਹਿ ਕੇ ਦੱਸਿਆ ਇਹਨਾਂ ਨੇ ਕਿ ਕੱਲ੍ਹ ਹੀ ਸਨੋਫੋਲ ਹੋ ਕੇ ਹਟੀ ਹੈ। ਸੋ ਅਗਰ ਤੁਸੀਂ ਪਹਿਲਗਾਮ ਆ ਰਹੇ ਹੋ ਤਾਂ ਤੁਸੀਂ ਸਿੰਥਨ ਟੋਪ ਜ਼ਰੂਰ ਹੋ ਕੇ ਆਇਓ, ਅਤੇ ਬਹੁਤ ਜਿਹੜੀ ਹੈਗੀ ਆ ਵਧੀਆ ਜਗ੍ਹਾ ਹੈ, ਨਜ਼ਾਰੇ ਵਾਲੀ ਜਗ੍ਹਾ। ਸੋ ਇੱਧਰਲੇ ਪਾਸੇ ਜਿਹੜੀ ਹੈਗੀ ਆ ਸਨੋ ਪੈ ਰਹੀ ਹੈ, ਪਲੱਸ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਜਿਹੜੇ ਘੋੜੇ ਵਾਲੇ ਆ ਉਹ ਵੀ ਜਿਹੜਾ ਘੋੜਾ ਤੁਹਾਨੂੰ ਦੇਣਗੇ ਉੱਪਰ ਆਉਣ ਵਾਸਤੇ, ਅਦਰਵਾਈਜ਼ ਤੁਸੀਂ ਪੈਦਲ ਵੀ ਆ ਸਕਦੇ ਹੋ ਕਿਉਂਕਿ ਕਾਫ਼ੀ ਉਚਾਈ 'ਤੇ ਆ ਅਤੇ ਸਾਹ ਵੀ ਚੜ੍ਹਿਆ ਹੋਇਆ। ਦੇਖੋ ਕਿੰਨੀ ਉਚਾਈ 'ਤੇ ਅਸੀਂ ਖੜ੍ਹੇ ਹਾਂ, ਇਸ ਟਾਈਮ ਪੂਰਾ ਫੁੱਲ ਜ਼ੂਮ ਕੀਤਾ ਹੋਇਆ ਅਤੇ ਗੱਡੀਆਂ ਬਿਲਕੁਲ ਛੋਟੀਆਂ ਛੋਟੀਆਂ ਦਿਸ ਰਹੀਆਂ। ਅਤੇ ਇੱਕ ਇਹਨਾਂ ਕੋਲ ਲੱਕੜ ਦੀ ਇਹ ਸਲੈਜ ਰਾਈਡ ਬਣੀ ਹੋਈ ਹੈ, ਇਹ ਸਲੈਜ ਰਾਈਡ ਵੀ ਤੁਸੀਂ ਲੈ ਸਕਦੇ ਹੋ। ਇਹ ਪੈਸਾ ਤਕਰੀਬਨ 100 ਤੋਂ 500 ਰੁਪਇਆ ਇਹ ਘੱਟੋ ਘੱਟ ਮੰਗਦੇ ਆ, ਬਟ ਜੇ ਤੁਸੀਂ ਬਾਰਗੇਨਿੰਗ ਕਰੋਗੇ ਤਾਂ ਜਿਹੜਾ ਹੈਗਾ 300 ਰੁਪਏ ਦੇ ਵਿੱਚ ਇਹ ਜਿਹੜਾ ਹੈਗਾ ਅਪ ਡਾਊਨ ਕਰਾ ਦਿੰਦੇ ਆ। ਸੋ ਤੁਸੀਂ ਘੋੜਾ ਵੀ ਲੈ ਸਕਦੇ ਹੋ, ਇਹ ਵੀ ਲੈ ਸਕਦੇ ਹੋ।